ਇਹ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਗਿੱਦੜਬਾਹਾ ਦੇ ਪਿੰਡ ਦੂਹੇ ਵਾਲਾ ਤੋਂ, ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਨਜ਼ਰ ਆ ਰਿਹਾ ਕੁਲਵੀਰ ਸਿੰਘ ਹੈ, ਜੋ ਬਾਰਡਰ 'ਤੇ ਦੇਸ਼ ਦੀ ਰਾਖੀ ਕਰਦਾ ਸੀ ਅਤੇ ਬੀਤੇ ਦਿਨੀਂ ਲੰਮੇ ਸਮੇਂ ਤੋਂ ਬਾਅਦ 13 ਸਿੱਖ ਰੈਜੀਮੈਂਟ ਮਨੀਪੁਰ 'ਚ ਡਿਊਟੀ ਕਰਦਾ ਹੈ ਜਵਾਨ ਆਪਣੇ ਪਰਿਵਾਰ ਨੂੰ ਮਿਲਣ ਘਰ ਆ ਰਿਹਾ ਸੀ। ਪਰ ਇਸ ਤੋਂ ਪਹਿਲਾਂ ਘਰ ਪਹੁੰਚਦਾ ਕਿ ਬੇਹੱਦ ਦਰਦਨਾਕ ਭਾਣਾ ਵਾਪਰ ਗਿਆ। ਗਿੱਦੜਬਾਹਾ ਦੇ ਨੇੜੇ ਭਿਆਨਕ ਹਾਦਸੇ 'ਚ ਇਸ ਫੌਜੀ ਦੀ ਮੌਤ ਹੋ ਗਈ। ਘਰ ਵਾਪਸ ਆਉਂਦੇ ਕੁਲਵੀਰ ਸਿੰਘ ਦੀ ਗੱਡੀ ਅੱਗੇ ਅਵਾਰਾ ਪਸ਼ੂ ਆ ਗਿਆ ਅਤੇ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਅਤੇ ਮੁੜ ਕੇ ਆ ਫੌਜੀ ਜਵਾਨ ਦੇ ਘਰ ਦਾ ਮਾਹੌਲ ਦੇਖੋ ਤੁਹਾਡੇ ਸਾਹਮਣੇ ਹੈ, ਜੋ ਗਮਕੀਨ ਹੋਇਆ ਪਿਆ। ਦੋ ਧੀਆਂ ਸਣੇ ਪਰਿਵਾਰ ਵਾਲੇ ਸਭ ਦਾ ਰੋ ਰੋ ਬੁਰਾ ਹਾਲ ਹੈ। ਹੁਣ ਆਖਿਰ ਕੌਣ ਪਾਲੇਗਾ ਇਹਨਾਂ ਨੂੰ? ਜੀ, ਕੁਲਵੀਰ ਸਿੰਘ ਨਾਂ ਦਾ ਮੁੰਡਾ ਸੀ ਆਪਣਾ ਫੌਜੀ। ਹਾਂਜੀ। ਇਹਦੀ ਯੂਨਿਟ ਇੰਫਾਲ ਮਨੀਪੁਰ ਦੇ ਵਿੱਚ ਸੀ, ਉੱਥੋਂ ਛੁੱਟੀ ਆ ਰਿਹਾ ਸੀ ਜੀ। ਹਾਂਜੀ। ਇਹਦਾ ਕੋਈ ਰਿਸ਼ਤੇਦਾਰ ਇੱਥੇ ਬਿਮਾਰ ਸੀਗਾ ਆਪਣੇ ਬਠਿੰਡੇ ਹਸਪਤਾਲ ਦੇ ਵਿੱਚ, ਉਹਦਾ ਪਤਾ ਲੈ ਕੇ ਰਾਤ ਨੂੰ ਇਹ ਘਰ ਆ ਰਿਹਾ ਸੀ ਜੀ। ਠੀਕ ਹੈ। ਛੁੱਟੀ, ਜਾਣੀ ਉੱਥੋਂ ਛੁੱਟੀ ਤੋਂ ਘਰ ਹੀ ਵਾਪਸ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਇਹਦਾ ਜਿਹੜਾ ਬਠਿੰਡੇ ਰੋਡ ਦੇ ਉੱਤੇ ਐਕਸੀਡੈਂਟ ਹੋ ਗਿਆ ਜੀ। ਅਤੇ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਮੰਗ ਕਰਦੇ ਹਾਂ? ਸਰਕਾਰ ਨੂੰ ਇਹੋ ਹੀ ਹੈ ਜੀ ਵੀ ਇਹਨਾਂ ਦੀ ਵਿਚਾਰਿਆਂ ਦੀ ਹੁਣ ਦੇਖੋ, ਇਹਨੂੰ ਪੈਨਸ਼ਨ ਵਗੈਰਾ ਜਾਂ ਗੁੱਡੀਆਂ, ਇਹਦੀਆਂ ਦੋ ਬੱਚੇ ਗੁੱਡੀਆਂ ਹੀ ਨੇ ਦੋਨੋਂ ਜੀ, ਉਹਨਾਂ ਦੀ ਪਰਵਰਿਸ਼ ਵਾਸਤੇ, ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਕੁਛ ਇਹਨਾਂ ਦੀ ਮਦਦ ਕੀਤੀ ਜਾਵੇ। ਜੇ ਜੀ 4 ਮਹੀਨੇ ਬਾਅਦ ਛੁੱਟੀ ਆ ਰਹੀ ਸੀ ਅਤੇ ਰਾਹ ਦੇ ਵਿੱਚ ਇਹਦਾ ਕਾਰ 'ਤੇ ਆ ਰਹੇ ਸੀ ਅਤੇ ਕੋਈ ਮਾਲ ਗਾੜੀ ਜਾਨਵਰ ਕੋਈ ਜਾਂ ਡੰਗਰ ਆਉਣ ਡਏ ਅਤੇ ਉਹਨਾਂ ਨੂੰ ਬਚਾਉਣ ਲੱਗਾ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ। ਕਿਹੜੇ ਥਾਂ ਇਹ ਇਹਨਾਂ ਦੀ ਡਿਊਟੀ ਸੀਗੀ? ਡਿਊਟੀ ਇਹਨਾਂ ਦੀ ਅੱਗੇ ਤਾਂ ਮਨੀਪੁਰ ਸੀ, ਮਨੀਪੁਰ ਇਹਦੇ ਮਨੀਪੁਰੋਂ ਛੁੱਟੀ ਆਉਣ ਡਏ। ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ 2 ਧੀਆਂ ਵਾਂ ਅਤੇ ਇੱਕ ਉਹਨਾਂ ਦੀ ਵਾਈਫ ਆ। ਇੱਥੇ ਕਿੱਥੇ ਪਰਿਵਾਰ ਨੂੰ ਖੁਸ਼ੀ ਸੀ, ਬੱਚਿਆਂ ਨੂੰ ਖੁਸ਼ੀ ਸੀ ਕਿ ਉਹਨਾਂ ਦੇ ਪਿਤਾ ਇੰਨੇ ਚਿਰ ਬਾਅਦ ਵਾਪਸ ਘਰ ਆਉਣਗੇ ਉਹਨਾਂ ਨੂੰ ਮਿਲਣ, ਅਤੇ ਕਿੱਥੇ ਇੱਕ ਹਾਦਸੇ ਨੇ ਇੱਕੋ ਝਟਕੇ 'ਚ ਸਾਰੀਆਂ ਖੁਸ਼ੀਆਂ ਖੋਲੀਆਂ, ਸਭ ਬਰਬਾਦ ਕਰ ਦਿੱਤਾ। ਹੁਣ ਆਖਿਰ ਇਸ ਪਰਿਵਾਰ ਨੂੰ ਕੌਣ ਸਾਂਭੇਗਾ? ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।